ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਸਾਰਿਆਂ ਦਾ ਮੇਰੀ ਕਲਾਸ ਦੇ ਵਿੱਚ। ਇਸ ਵੀਡੀਓ ਦੇ ਵਿੱਚ ਅੱਜ ਅਸੀਂ ਪਾਠ ਨੰਬਰ 23 ਕਰਾਂਗੇ, ਹਾਕੀ ਖਿਡਾਰਨ ਅਜਿੰਦਰ ਕੌਰ। ਇਸ ਪਾਠ ਦੇ ਪ੍ਰਸ਼ਨ ਨੂੰ ਉੱਤਰ ਹੋਣਗੇ, ਖਾਲੀ ਥਾਵਾਂ ਹੋਣਗੀਆਂ ਅਤੇ ਜੋ ਵਾਕਾਂ ਵਿੱਚ ਵਰਤੋਂ ਵਾਲਾ ਭਾਗ ਹੋਵੇਗਾ, ਇਹ ਤਿੰਨੋਂ ਭਾਗ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ। ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲੈਣਾ ਅਤੇ ਆਪਣੇ ਦੋਸਤਾਂ ਵਿੱਚ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ। ਇਸ ਵੀਡੀਓ ਨੂੰ ਜੇਕਰ ਤੁਸੀਂ ਸ਼ੇਅਰ ਕਰਦੇ ਹੋ ਤਾਂ ਹੋ ਸਕਦਾ ਹਰੇਕ ਵਿਦਿਆਰਥੀ ਦੀ ਲੋੜ ਪੂਰੀ ਹੋ ਸਕੇ। ਸਾਨੂੰ ਟੈਲੀਗ੍ਰਾਮ, ਫੇਸਬੁੱਕ ਅਤੇ ਯੂਟਿਊਬ 'ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ, ਮੇਰੀ ਕਲਾਸ ਯੂਟਿਊਬ ਚੈਨਲ ਨੂੰ। ਹਾਂਜੀ, ਸ਼ੁਰੂ ਕਰਦੇ ਹਾਂ। ਪ੍ਰਸ਼ਨ ਨੰਬਰ 1 ਹੈ ਸਾਡੇ ਕੋਲ, ਅਜਿੰਦਰ ਕੌਰ ਦਾ ਜਨਮ ਕਦੋਂ ਹੋਇਆ, ਉਸਦੇ ਮਾਤਾ ਪਿਤਾ ਦਾ ਕੀ ਨਾਂ ਸੀ? ਉੱਤਰ, ਅਜਿੰਦਰ ਕੌਰ ਦਾ ਜਨਮ 14 ਜੁਲਾਈ 1951 ਈਸਵੀ ਨੂੰ ਸਰਦਾਰ ਨੰਦ ਸਿੰਘ ਦੇ ਘਰ ਮਾਤਾ ਸਤਵੰਤ ਕੌਰ ਦੀ ਕੁੱਖੋਂ ਜਲੰਧਰ ਵਿਖੇ ਹੋਇਆ ਸੀ। ਇਹ ਜੋ ਉੱਤਰ ਨੇ ਤੁਹਾਨੂੰ ਜਿਵੇਂ ਸਕਰੀਨ ਦੇ ਉੱਤੇ ਨਜ਼ਰ ਆ ਰਹੇ ਨੇ, ਤੁਸੀਂ ਉਸ ਤਰ੍ਹਾਂ ਲਿਖ ਲੈਣੇ ਨੇ। ਪ੍ਰਸ਼ਨ ਨੰਬਰ 2 ਹੈ ਸਾਡੇ ਕੋਲ, ਅਜਿੰਦਰ ਕੌਰ ਦੀ ਵਿਲੱਖਣਤਾ ਕਿਸ ਤਾਂ ਇਸ ਗੱਲ ਵਿੱਚ ਹੈ ਕਿ ਉਸਨੇ ਨੈਸ਼ਨਲ ਪੱਧਰ 'ਤੇ ਖੇਡਣ ਤੋਂ ਪਹਿਲਾਂ ਇੰਟਰਨੈਸ਼ਨਲ ਮੈਚ ਖੇਡਿਆ, ਨੈਸ਼ਨਲ ਖੇਡਣ ਤੋਂ ਪਹਿਲਾਂ ਇੰਟਰਨੈਸ਼ਨਲ ਮੈਚ ਖੇਡ ਲਿਆ ਸੀ, ਇਹ ਉਹਦੀ ਵਿਲੱਖਣਤਾ ਹੈ, ਭਾਵ ਖਾਸੀਅਤ ਹੈ। ਪ੍ਰਸ਼ਨ ਨੰਬਰ 3, ਹਾਕੀ ਖੇਡਣ ਲਈ ਉਹ ਕਿੱਥੇ ਕਿੱਥੇ ਗਈ? ਉੱਤਰ, ਹਾਕੀ ਖੇਡਣ ਲਈ ਉਹ ਟੋਕੀਓ, ਨਿਊਜ਼ੀਲੈਂਡ, ਫਰਾਂਸ, ਸਕਾਟਲੈਂਡ ਅਤੇ ਸਪੇਨ ਆਦਿ ਦੇਸ਼ਾਂ ਦੇ ਵਿੱਚ ਗਈ ਸੀ। ਪ੍ਰਸ਼ਨ ਨੰਬਰ 4, ਹਾਕੀ ਖੇਡਣ ਸਮੇਂ ਅਜਿੰਦਰ ਕੌਰ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਜਿਵੇਂ ਦੇਖੋ, ਅਸੀਂ ਕੋਈ ਵੀ ਕੰਮ ਕਰਦੇ ਹਾਂ, ਸਾਨੂੰ ਉਹਦੇ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਨੇ। ਜਿਵੇਂ ਕਿਸੇ ਨੇ ਕੁਛ ਨਵਾਂ ਬਿਜ਼ਨਸ ਸ਼ੁਰੂ ਕਰਨਾ, ਉਹਨੂੰ ਮੁਸ਼ਕਲਾਂ ਆਉਣਗੀਆਂ। ਕਿਸੇ ਨੇ ਪੜ੍ਹਾਈ ਸ਼ੁਰੂ ਕਰਨੀ ਅੱਗੇ, ਉਹਨੂੰ ਮੁਸ਼ਕਲਾਂ ਆਉਣਗੀਆਂ। ਕਿਸੇ ਨੇ ਖੇਡਣਾ ਸ਼ੁਰੂ ਕਰਨਾ ਤਾਂ ਉਹਨੂੰ ਮੁਸ਼ਕਲਾਂ ਆਉਣਗੀਆਂ। ਮੁਸ਼ਕਲਾਂ ਆਉਣੀਆਂ ਸੁਭਾਵਿਕ ਨੇ, ਪਰ ਉਹ ਮੁਸ਼ਕਲਾਂ ਨਾਲ ਅਸੀਂ ਲੜਨਾ ਕਿਵੇਂ ਹੈ, ਇਹ ਸਾਡੇ ਵਿੱਚ ਖਾਸੀਅਤ ਹੋਵੇ। ਅਤੇ ਅਜਿੰਦਰ ਕੌਰ ਨੂੰ ਵੀ ਇਸ ਤਰ੍ਹਾਂ ਕੁਝ ਮੁਸ਼ਕਲਾਂ ਆਈਆਂ ਸੀ। ਉਹ ਮੁਸ਼ਕਲਾਂ ਕੀ ਸੀ? ਹਾਕੀ ਖੇਡਣ ਸਮੇਂ ਅਜਿੰਦਰ ਕੌਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਦੇ ਉਸਦੀ ਹਾਕੀ ਟੁੱਟ ਜਾਣੀ ਜਾਂ ਨਵੀਂ ਮਸਾਂ ਮਿਲਣੀ, ਕਦੇ ਗੇਂਦ ਗੁਆਚ ਜਾਣੀ ਅਤੇ ਨਵੀਂ ਦਾ ਪ੍ਰਬੰਧ ਛੇਤੀ ਨਾ ਹੋਣਾ, ਕਦੇ ਵਰਦੀ ਮੁਕੰਮਲ ਨਾ ਹੋਣੀ, ਕਦੇ ਪੜ੍ਹਾਈ ਅਤੇ ਘਰੇਲੂ ਕੰਮਾਂ ਕਾਰਨ ਖੇਡਣ ਦਾ ਸਮਾਂ ਘੱਟ ਮਿਲਣਾ, ਅਤੇ ਕਦੇ ਖੇਡਦਿਆਂ ਹੋਇਆਂ ਦਰਸ਼ਕਾਂ ਦੇ ਬੋਲ ਕਬੋਲ ਵੀ ਸੁਣਨੇ ਪੈਂਦੇ ਸਨ, ਇਹ ਮੁਸ਼ਕਲਾਂ ਆਈਆਂ ਸੀ ਉਹਨੂੰ, ਠੀਕ ਹੈ ਨਾ। ਅਤੇ ਉਸਨੇ ਇਹਨਾਂ ਮੁਸ਼ਕਲਾਂ ਨੂੰ ਪਾਰ ਕਰਕੇ ਤਾਂ ਆਪਣਾ ਹਾਕੀ ਦਾ ਕੈਰੀਅਰ ਬਣਾਇਆ ਸੀ, ਲਗਾਤਾਰ ਖੇਡਦੀ ਰਹੀ ਸੀ ਅਤੇ ਇੱਕ ਇੰਟਰਨੈਸ਼ਨਲ ਅੰਤਰਰਾਸ਼ਟਰੀ ਖਿਡਾਰਨ ਬਣੀ ਸੀ। ਪ੍ਰਸ਼ਨ ਨੰਬਰ 5, ਅਜਿੰਦਰ ਕੌਰ ਲਈ ਸਭ ਤੋਂ ਵੱਧ ਯਾਦਗਾਰੀ ਪਲ ਕਿਹੜੇ ਹਨ? ਉੱਤਰ, ਅਜਿੰਦਰ ਕੌਰ ਲਈ ਸਭ ਤੋਂ ਵੱਧ ਯਾਦਗਾਰੀ ਪਲ ਉਹ ਸਨ ਜਦੋਂ ਉਸਨੇ 1976 ਈਸਵੀ ਵਿੱਚ ਮਦਰਾਸ ਵਿਖੇ ਬੇਗਮ ਰਸੂਲ ਟਰਾਫੀ ਨਾਂ ਦਾ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਿਆ। ਉਸਦੇ ਵਧੀਆ ਪ੍ਰਦਰਸ਼ਨ ਸਦਕਾ ਹੀ ਭਾਰਤੀ ਟੀਮ ਨੂੰ ਜਿੱਤ ਪ੍ਰਾਪਤ ਹੋਈ ਸੀ। ਪ੍ਰਸ਼ਨ ਨੰਬਰ 6, ਅਜਿੰਦਰ ਕੌਰ ਨੂੰ ਕਿਹੜੇ ਕਿਹੜੇ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ? ਉੱਤਰ, ਅਜਿੰਦਰ ਕੌਰ ਨੂੰ 1974 ਈਸਵੀ ਵਿੱਚ ਭਾਰਤ ਸਰਕਾਰ ਨੇ ਅਰਜਨ ਅਵਾਰਡ, ਪੰਜਾਬ ਸਰਕਾਰ ਨੇ 1979 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਅਵਾਰਡ, 1994 ਈਸਵੀ ਵਿੱਚ ਪੰਜਾਬ ਸਪੋਰਟਸ ਵਿਭਾਗ ਨੇ ਪੰਜਾਬ ਦੀ ਮਹਿਲਾ ਆਗੂ ਅਤੇ ਸਰਬਸ਼੍ਰੇਸ਼ਠ ਖਿਡਾਰਨ ਵਜੋਂ ਸਨਮਾਨਿਤ ਕੀਤਾ ਗਿਆ ਸੀ। ਇਸ ਤਰ੍ਹਾਂ ਜੋ ਪ੍ਰਸ਼ਨ ਉੱਤਰਾਂ ਵਾਲਾ ਭਾਗ ਸੀ ਸਾਡਾ, ਉਹ ਕੰਪਲੀਟ ਹੋ ਗਿਆ ਹੈ। ਤੁਸੀਂ ਇੱਕ ਵਾਰ ਇਹਨਾਂ ਪ੍ਰਸ਼ਨ ਉੱਤਰ ਇੱਕ ਵਾਰ ਨੋਟ ਕਰ ਲਓ, ਉਸ ਤੋਂ ਬਾਅਦ ਅਸੀਂ ਅਗਲਾ ਭਾਗ ਸ਼ੁਰੂ ਕਰਦੇ ਹਾਂ। ਅਗਲਾ ਭਾਗ ਹੈ ਜੀ ਖਾਲੀ ਥਾਵਾਂ ਭਰੋ। ਖਾਲੀ ਥਾਂ ਨੰਬਰ 1, ਅਜਿੰਦਰ ਕੌਰ ਨੇ ਭਾਰਤੀ ਮਹਿਲਾ ਹਾਕੀ ਦੀ ਖੇਡ ਵਿੱਚ ਸਭ ਤੋਂ ਵੱਧ ਨਾਂ ਕਮਾਇਆ। ਜੋ ਸ਼ਬਦ ਅੰਡਰਲਾਈਨ ਕੀਤੇ ਗਏ ਨੇ ਉਹਨਾਂ ਸ਼ਬਦ ਨੂੰ ਤੁਸੀਂ ਨੇ ਖਾਲੀ ਥਾਂ ਦੇ ਵਿੱਚ ਭਰ ਲੈਣੇ, ਜਿਵੇਂ ਨਾਮ ਸ਼ਬਦ ਇਹਦੇ ਵਿੱਚ ਗੁਰਚਰਨ ਸਿੰਘ, ਇਹਦੇ ਵਿੱਚ ਹਾਕੀ, ਇਹਦੇ ਵਿੱਚ ਗੋਲਾ ਸੁੱਟਣਾ। ਇਸ ਤਰ੍ਹਾਂ ਪਹਿਲਾ ਵਾਕ ਹੈ, ਅਜਿੰਦਰ ਕੌਰ ਨੇ ਭਾਰਤੀ ਮਹਿਲਾ ਹਾਕੀ ਦੀ ਖੇਡ ਵਿੱਚ ਸਭ ਤੋਂ ਵੱਧ ਨਾਂ ਕਮਾਇਆ। ਪਹਿਲੀ ਖਾਲੀ ਥਾਂ ਦੇ ਵਿੱਚ ਨਾਂ ਆਵੇਗਾ। ਦੂਸਰੀ ਖਾਲੀ ਥਾਂ ਹੈ ਜੀ, ਅਜਿੰਦਰ ਕੌਰ ਦੇ ਹਾਕੀ ਕੋਚ ਡੈਸ਼ ਬੋਧੀ ਸਨ, ਸਰਦਾਰ ਗੁਰਚਰਨ ਸਿੰਘ ਬੋਧੀ ਸਨ, ਠੀਕ ਹੈ ਜੀ। ਉਸ ਤੋਂ ਬਾਅਦ
ਖਾਲਿਥਾਂ ਨੰਬਰ 3 ਜਲੰਧਰ ਸ਼ਹਿਰ ਡੈਸ਼ ਦਾ ਘਰ ਹੈ, ਖਾਲੀ ਥਾਂ ਦਾ ਘਰ ਹੈ, ਕਾਹਦਾ ਘਰ ਹੈ, ਹਾਕੀ ਦਾ, ਹਾਕੀ ਆ ਜਾਵੇਗਾ ਤੀਸਰੀ ਖਾਲੀ ਥਾਂ ਦੇ ਵਿੱਚ। ਚੌਥੀ ਖਾਲੀ ਥਾਂ ਹੈ ਜੀ ਸਾਡੇ ਕੋਲ, ਅਜਿੰਦਰ ਹਾਕੀ ਖੇਡਣ ਦੇ ਨਾਲ ਨਾਲ ਗੋਲਾ ਸੁੱਟਣ ਵਿੱਚ ਵੀ ਮਾਹਿਰ ਸ਼ਬਦ ਆਵੇਗਾ। ਇੱਥੇ ਕਈ ਵਾਰ ਟਾਈਪਿੰਗ ਵਿੱਚ ਪ੍ਰੋਬਲਮ ਆ ਜਾਂਦੀ, ਮਾਹਿਰ ਸ਼ਬਦ ਆਵੇਗਾ ਸੁੱਟਣ ਦੀ, ਮਾਹਿਰ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਅਗਲੀ ਖਾਲੀ ਥਾਂ ਹੈ ਸਾਡੇ ਕੋਲ, ਉਹ ਫੁੱਲ ਬੈਕ ਅਤੇ ਸੈਂਟਰ ਹਾਫ ਦੋਹਾਂ ਪੋਜੀਸ਼ਨਾਂ 'ਤੇ ਵਧੀਆ ਖੇਡ ਸਕਦੀ ਸੀ। ਜੋ ਅੰਡਰਲਾਈਨ ਕੀਤੇ ਗਏ ਸ਼ਬਦ ਨੇ ਖਾਲੀ ਥਾਂ ਹੈ, ਤੁਸੀਂ ਇਹ ਭਰ ਸਕਦੇ ਹੋ। ਖਾਲੀ ਥਾਂ ਨੰਬਰ 6, ਉਸਨੇ ਪਟਿਆਲਾ ਦੀ ਰਾਸ਼ਟਰੀ ਖੇਡ ਸੰਸਥਾ ਤੋਂ ਕੋਚਿੰਗ ਦਾ ਡਿਪਲੋਮਾ ਹਾਸਲ ਕੀਤਾ। ਕਾਹਦਾ ਡਿਪਲੋਮਾ ਹਾਸਲ ਕੀਤਾ ਸੀ? ਕੋਚਿੰਗ ਦਾ। ਕੋਚਿੰਗ ਸ਼ਬਦ ਜਿਹੜਾ ਉਹ ਖਾਲੀ ਥਾਂ ਦੇ ਵਿੱਚ ਭਰ ਲੈਣਾ ਤੁਸੀਂ ਨੇ। ਖਾਲੀ ਥਾਂ ਨੰਬਰ 7, ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਉਸਨੇ ਕੋਚ ਦੀ ਸੇਵਾ ਨਿਭਾਈ ਸੀ। ਸਿੱਖਿਆ ਵਿਭਾਗ ਖਾਲੀ ਥਾਂ ਦੇ ਵਿੱਚ ਭਰਨਾ ਹੈ। ਅਗਲਾ ਜੋ ਭਾਗ ਹੈ ਸਾਡੇ ਕੋਲ, ਵਾਕਾਂ ਵਿੱਚ ਵਰਤੋਂ, ਵਾਕਾਂ ਵਿੱਚ ਵਰਤੋਂ ਵਾਲਾ ਭਾਗ ਹੈਗਾ। ਪਹਿਲਾ ਜੋ ਸ਼ਬਦ ਹੈ ਸਾਡੇ ਕੋਲ ਹਸਮੁੱਖ, ਪਹਿਲਾ ਸ਼ਬਦ ਹੈ ਜੀ ਹਸਮੁੱਖ, ਬਲਜਿੰਦਰ ਵੜੀ ਹਸਮੁੱਖ ਕੁੜੀ ਹੈ। ਇੱਥੇ ਜੋ ਹਸਮੁੱਖ ਸ਼ਬਦ ਹੈ ਉਹਦਾ ਅਸੀਂ ਨੇ ਵਾਕ ਬਣਾਇਆ, ਇਸ ਕਰਕੇ ਅਸੀਂ ਨੇ ਇਹਨੂੰ ਅੰਡਰਲਾਈਨ ਵੀ ਕੀਤਾ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਵੋ। ਅਗਲਾ ਜੋ ਸ਼ਬਦ ਹੈ ਕੋਲ ਸੰਪਰਕ, ਰਾਮ ਮੇਰੇ ਸੰਪਰਕ ਵਿੱਚ ਹੈ, ਠੀਕ ਹੈ ਜੀ। ਸੰਪਰਕ ਸ਼ਬਦ ਦਾ ਵਾਕ ਇਸ ਤਰ੍ਹਾਂ ਬਣਾ ਸਕਦੇ ਹਾਂ, ਗੋਲ, ਭਾਰਤ ਨੇ ਪਾਕਿਸਤਾਨ ਵਿਰੁੱਧ 4 ਗੋਲ ਕੀਤੇ, ਗੋਲ ਸ਼ਬਦ ਦਾ ਅਸੀਂ ਇਸ ਤਰ੍ਹਾਂ ਵਾਕ ਬਣਾਇਆ ਹੈ, ਤੁਸੀਂ ਕਿਸ ਤਰ੍ਹਾਂ ਵੀ ਬਣਾ ਸਕਦੇ ਹੋ, ਨੋ ਪ੍ਰੋਬਲਮ। ਮਦਦਗਾਰ, ਅਗਲਾ ਸ਼ਬਦ ਹੈ ਸਾਡੇ ਕੋਲ ਮਦਦਗਾਰ, ਪਰਮਾਤਮਾ ਸਭ ਦਾ ਮਦਦਗਾਰ ਹੈ, ਮਦਦਗਾਰ ਦਾ ਤੁਸੀਂ ਐਵੇਂ ਬਣਾ ਸਕਦੇ ਹੋ, ਰਾਮ ਨੇ ਮੇਰੀ ਵੱਡੀ ਸਹਾਇਤਾ ਕੀਤੀ, ਰਾਮ ਇੱਕ ਮਦਦਗਾਰ ਵਿਅਕਤੀ ਹੈ। ਯੂਨੀਵਰਸਿਟੀ, ਮੇਰਾ ਭਰਾ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ। ਪ੍ਰਦਰਸ਼ਨ, ਪ੍ਰਦਰਸ਼ਨ ਦਾ ਆ ਜਾਵੇਗਾ, ਕਿਸਾਨ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ, ਪ੍ਰਦਰਸ਼ਨ ਸ਼ਬਦ ਇਸ ਤਰ੍ਹਾਂ ਬਣਾ ਸਕਦੇ ਹਾਂ। ਅਗਲਾ ਜੋ ਭਾਗ ਹੈ ਜੀ ਔਖੇ ਸ਼ਬਦਾਂ ਦੇ ਅਰਥ, ਇਹ ਭਾਗ ਵੀ ਕਰਵਾ ਹੀ ਦਿੰਦੇ, ਵੈਸੇ ਕਿਤਾਬ ਦੇ ਵਿੱਚ ਹੁੰਦਾ ਹੀ ਹੈ, ਇਹ ਵੀ ਚਲੋ ਕਰੇ ਲਓ। ਔਖੇ ਸ਼ਬਦਾਂ ਦੇ ਅਰਥ, ਪਹਿਲਾ ਸ਼ਬਦ ਹੈ ਜੀ ਪ੍ਰਸਿੱਧ, ਪ੍ਰਸਿੱਧ ਦਾ ਆਵੇਗਾ ਮਸ਼ਹੂਰ, ਨਿੱਗਰ ਮਜ਼ਬੂਤ, ਵਿਲੱਖਣਤਾ ਵੱਖਰਾਪਣ, ਪ੍ਰਦਰਸ਼ਨ ਦਿਖਾਵਾ, ਠੀਕ ਹੈ ਕੁਝ ਦਿਖਾਉਣਾ, ਸ਼ਿਰਕਤ ਸ਼ਾਮਿਲ ਹੋਣਾ ਜਾਂ ਭਾਗ ਲੈਣਾ, ਉਤਸ਼ਾਹ ਹੌਂਸਲਾ, ਉਤਸ਼ਾਹ ਦਾ ਵਿਰੋਧੀ ਸ਼ਬਦ ਨਹੀਂ, ਸ਼ਬਦ ਅਰਥ ਕੀ ਆਵੇਗਾ, ਉਤਸ਼ਾਹ ਦਾ ਹੌਂਸਲਾ, ਜੋਸ਼, ਠੀਕ ਹੈ ਜੀ ਉਤਸ਼ਾਹ। ਸਰਬ ਸ੍ਰੇਸ਼ਟ ਦਾ ਆਵੇਗਾ ਉੱਤਮ, ਸਰਬ ਸ੍ਰੇਸ਼ਟ ਦਾ ਆਵੇਗਾ ਉੱਤਮ, ਸਭ ਤੋਂ ਵਧੀਆ, ਠੀਕ ਹੈ ਜੀ। ਇਸ ਤਰ੍ਹਾਂ ਇਹ ਵੀਡੀਓ ਇੱਥੇ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕਸ ਫੋਰ ਵਾਚਿੰਗ ਦਿਸ ਵੀਡੀਓ। ਸਾਨੂੰ ਟੈਲੀਗ੍ਰਾਮ ਅਤੇ ਫੇਸਬੁੱਕ 'ਤੇ ਮੇਰੀ ਕਲਾਸ ਦੇ ਨਾਮ ਸਰਚ ਕਰਕੇ ਤੁਸੀਂ ਉੱਥੇ ਵੀ ਫੋਲੋ ਜ਼ਰੂਰ ਕਰੋ, ਤਾਂ ਕਿ ਤੁਸੀਂ ਜੋ ਅਪਡੇਟਸ ਨੇ ਉਹਨਾਂ ਦੇ ਨਾਲ ਟੱਚ 'ਚ ਰਹਿ ਸਕੋ। ਸਾਡੀ ਜੋ ਵੀ ਅਪਡੇਟ ਹੁੰਦੀ ਹੈ ਅਸੀਂ ਫੇਸਬੁੱਕ 'ਤੇ ਸ਼ੇਅਰ ਕਰ ਦਿੰਦੇ ਹਾਂ, ਟੈਲੀਗ੍ਰਾਮ ਦੇ ਉੱਤੇ ਅਸੀਂ PDF ਵਗੈਰਾ ਸੈਂਡ ਕਰਦੇ ਰਹਿੰਦੇ ਹਾਂ, ਤੁਸੀਂ ਉੱਥੇ ਵੀ ਸਾਨੂੰ ਸਬਸਕ੍ਰਾਈਬ ਜ਼ਰੂਰ ਕਰੋ। ਇਹ ਵੀਡੀਓ 'ਚ ਤੱਕ ਦੇਖਣ ਲਈ ਤੁਹਾਡਾ ਫਿਰ ਤੋਂ ਬਹੁਤ ਬਹੁਤ ਧੰਨਵਾਦ।